ਕੈਨੇਡਾ ਵਿੱਚ ਸਿੱਖ ਕੌਮ ਨੂੰ ਵੱਡਾ ਮਾਣ ਮਿਲਣ ਜਾ ਰਿਹਾ ਹੈ। ਬ੍ਰੈਂਪਟਨ ਦੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਪਹਿਲੇ ਸਿੱਖ ਕੈਨੇਡੀਅਨ ਫੌਜੀ ਜਵਾਨ ਸਰਦਾਰ ਬੋਕਮ ਸਿੰਘ ਦੇ ਨਾਮ ਤੇ ਇੱਕ ਨਵਾਂ ਐਲੀਮੈਂਟਰੀ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਬੋਕਮ ਸਿੰਘ ਪਬਲਿਕ ਸਕੂਲ 100 ਮਾਰਟਿਨ ਬਾਇਰਨ ਡਰਾਈਵ ਤੇ ਸਥਿਤ ਹੋਵੇਗਾ। ਕੈਨੇਡਾ ਵਿੱਚ ਸਰਦਾਰ ਬੋਕਮ ਸਿੰਘ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ। ਅੱਜ ਤੋਂ ਠੀਕ 100 ਵਰੇ ਪਹਿਲਾਂ ਇਸ ਸਿੱਖ ਜਵਾਨ ਦੀ ਬਹਾਦਰੀ ਦਾ ਪੂਰਾ ਕੈਨੇਡਾ ਕਾਇਲ ਸੀ ਤੇ ਉਹਨਾਂ ਦੀ ਸ਼ਹਾਦਤ ਦੇ 100 ਵਰੇ ਬਾਅਦ ਉਹਨਾਂ ਨੂੰ ਇਹ ਮਾਣ ਦਿੱਤਾ ਗਿਆ। ਸਰਦਾਰ ਬੋਕਮ ਸਿੰਘ ਸਾਲ 1907 ਵਿੱਚ 14 ਵਰਿਆਂ ਦੀ ਉਮਰ ਵਿੱਚ ਕੈਨੇਡਾ ਪਹੁੰਚੇ ਸਨ। ਹਾਲਾਂਕਿ ਉਸ ਵੇਲੇ ਕੈਨੇਡਾ ਸਰਕਾਰ ਵੱਲੋਂ ਦੱਖਣੀ ਏਸ਼ੀਆਈ ਲੋਕਾਂ ਦੀ ਇਮੀਗ੍ਰੇਸ਼ਨ ਤੇ ਸਖਤੀ ਅਪਣਾਈ ਹੋਈ ਸੀ, ਪਰ ਬ੍ਰਿਟਿਸ਼ ਕੋਲੰਬੀਆ ਵਿੱਚ ਮਜ਼ਦੂਰਾਂ ਦੀ ਘਾਟ ਦੀ ਵਜ੍ਹਾ ਨਾਲ ਉੱਥੇ ਮਜ਼ਦੂਰਾਂ ਨੂੰ ਕੁਝ ਰਾਹਤ ਦਿੱਤੀ ਗਈ। ਪ੍ਰਵਾਸ ਦੀਆਂ ਸਖਤ ਨੀਤੀਆਂ ਹੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਪਰਿਵਾਰ ਤੋਂ ਵੱਖ ਹੋਣਾ ਪਿਆ। 1912 ਵਿੱਚ ਉਹ ਟੋਰਾਂਟੋ ਆ ਗਏ ਤੇ ਇੱਥੇ ਹੀ 1915 ਵਿੱਚ ਕੈਨੇਡਾ ਦੀ ਆਰਮੀ ਦਾ ਹਿੱਸਾ ਬਣੇ। ਉਹ ਪਹਿਲੇ ਸਿੱਖ ਜਵਾਨ ਸਨ ਜਿਨ੍ਹਾਂ ਨੂੰ ਉਸ ਵੇਲੇ 20ਵੀਂ ਕੈਨੇਡੀਅਨ ਇਨਫੈਂਟਰੀ ਬਟਾਲੀਅਨ ਵਿੱਚ ਤੈਨਾਤ ਕੀਤਾ ਗਿਆ। ਇੱਥੇ ਉਹਨਾਂ ਨੇ ਸਾਲ 1916 ਵਿੱਚ ਫਲੈਂਡਰਸ ਦੀ ਲੜਾਈ ਲੜੀ। ਪਹਿਲੀ ਸੰਸਾਰ ਜੰਗ ਦੌਰਾਨ ਉਹ ਕੈਨੇਡਾ ਤੋਂ ਬਾਹਰ ਵੀ ਲੜਨ ਲਈ ਗਏ। ਉਹਨਾਂ ਨੂੰ ਵੀਰਤਾ ਵਿਕਟਰੀ ਮੈਡਲ ਨਾਲ ਵੀ ਸਨਮਾਨਿਆ ਗਿਆ। ਵੱਖ-ਵੱਖ ਲੜਾਈਆਂ ਦੌਰਾਨ ਲੜਦਿਆਂ ਉਹ 2 ਵਾਰ ਜ਼ਖਮੀ ਹੋਏ। ਉਹਨਾਂ ਨੂੰ ਟੀਬੀ ਦੀ ਸਰਜਰੀ ਤੋਂ ਬਾਅਦ ਕੈਨੇਡਾ ਵਾਪਸ ਭੇਜ ਦਿੱਤਾ ਗਿਆ। ਉਹ ਕਿਚਨਰ ਦੇ ਫਰੀਪੋਰਟ ਆਰਮੀ ਹਸਪਤਾਲ ਵਿੱਚ 1917 ਵਿੱਚ ਦਾਖਲ ਹੋਏ ਤੇ ਇਲਾਜ ਦੌਰਾਨ 25 ਵਰਿਆਂ ਦੀ ਭਰਜਵਾਨੀ ਵਿੱਚ 1919 ਵਿੱਚ ਹੀ ਸਦਾ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਏ। ਉਸ ਵੇਲੇ ਕੈਨੇਡੀਅਨ ਆਰਮੀ ਵੱਲੋਂ ਉਹਨਾਂ ਨੂੰ ਪੂਰੇ ਕੌਮੀ ਸਨਮਾਨ ਦੇ ਨਾਲ ਸਪੁਰਦੇ ਖਾਕ ਕਰ ਦਿੱਤਾ ਗਿਆ। ਅੱਜ ਵੀ ਕਿਚਨਰ ਵਿੱਚ ਉਹਨਾਂ ਦੀ ਕਬਰ ਮੌਜੂਦ ਹੈ। ਵਿਦੇਸ਼ੀ ਸਰਜ਼ਮੀਨ ਤੇ ਉਹਨਾਂ ਵੱਲੋਂ ਵਿਖਾਈ ਗਈ ਬਹਾਦਰੀ ਦੇ ਕਿੱਸੇ ਅੱਜ ਵੀ ਕੈਨੇਡਾ ਦੇ ਇਤਿਹਾਸ ਵਿੱਚ ਅਮਰ ਹਨ ਤੇ ਇਹੀ ਵਜ੍ਹਾ ਹੈ ਕਿ ਸਿੱਖ ਕੌਮ ਦੇ ਇਸ ਮਹਾਨ ਸਪੂਤ ਨੂੰ ਅੱਜ ਇਹ ਮਾਣ ਹਾਸਿਲ ਹੋਇਆ ਤੇ ਉਹਨਾਂ ਨੂੰ ਮਿਲੇ ਇਸ ਮਾਣ ਨੇ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਮਾਣ ਵਧਾਇਆ। ਇਸ ਦੇ ਨਾਲ ही एक होर स्कूल नोबल पीस प्राइज जेतू मलाला यूसुफजाई के नाम से भी खोलिया जाना है। ब्यूरो रिपोर्ट सिख न्यूज़ एक्सप्रैस। जेकर तुहानू साडा यह उपराला चंगा लगा है तो इसनू लाइक करो, शेयर करो और साडे यूट्यूब चैनल नू सबसक्राइब करो।